ਨਹੀਂ ਬਲਕਿ ਦਿੱਲੀ ਵਿੱਚ 100 ਦਿਨ ਹੋ ਗਏ ਚੱਲਦੇ ਨੂੰ ਅੰਦੋਲਨ ਨੂੰ ਤੇ ਪੰਜਾਬ ਵਿੱਚ 6 ਮਹੀਨੇ ਹੋ ਗਏ ਚੱਲਦੇ ਅੰਦੋਲਨ ਨੂੰ ਇਹਦੇ ਵਿੱਚ ਕਲਾਕਾਰਾਂ ਨੇ ਐਕਟਰਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈਗਾ ਤੇ ਇਹਦੇ ਹਮਾਇਤ ਵੀ ਕੀਤੀ ਹੈ ਤੇ ਅੱਜ ਪੰਮੀ ਬਾਈ ਆਏ ਨੇ ਜੋ ਪੰਜਾਬ ਦੀ ਸ਼ਾਨ ਨੇ ਤੇ ਭੰਗੜੇ ਦੇ ਮਾਹਰ ਨੇ ਸਾਰੇ ਮਲਕੇ ਐਕਟਰ ਵੀ ਨੇ ਤੇ ਇਹਨਾਂ ਨੂੰ ਪੁੱਛਦਾ ਵੀ ਅੱਜ ਉਹ ਤੁਸੀਂ ਅੰਦੋਲਨ 'ਚ ਆਏ ਹੋ ਵੀ ਇਹ ਕੀ ਗੱਲ ਹੈ ਕੀ ਕਹਿਣਾ ਹੈਗਾ ਵੀ ਕਾਲੇ ਕਾਨੂੰਨਾਂ ਬਾਰੇ ਕੀ ਕਹਿ ਰਹੇ ਹੋ ਦੇਖੋ ਜੀ ਗੱਲ ਇਹ ਹੈ ਕਿ ਮੈਂ ਤਾਂ ਪਹਿਲੇ ਦਿਨ ਤੋਂ 15 ਸਤੰਬਰ ਤੋਂ ਇਸ ਘੋਲ ਨਾਲ ਜੁੜਿਆ ਹੋਇਆ ਕਿਉਂਕਿ ਕਲਾਕਾਰ ਮੈਨੂੰ ਲੋਕਾਂ ਨੇ ਬਾਚ ਬਣਾਇਆ ਪਹਿਲਾਂ ਤਾਂ ਮੈਂ ਕਿਸਾਨ ਦਾ ਪੁੱਤ ਹਾਂ ਦੇਸ਼ ਭਗਤ ਦਾ ਪੁੱਤ ਹਾਂ ਫਰੀਡਮ ਫਾਈਟਰ ਦਾ ਪੁੱਤ ਹਾਂ ਅਤੇ ਉਹੀ ਖੂਨ ਮੇਰੀਆਂ ਰਗਾਂ 'ਚ ਬਲਦਾ ਹੈ ਅਤੇ ਮੈਨੂੰ ਵੀ ਉਹੀ ਕਸ ਕਹੇਗਾ ਜੋ ਮੇਰੇ ਕਾਪੜੇ ਮੇਰੇ ਸਤਿਕਾਰਯੋਗ ਬਜ਼ੁਰਗ ਨੂੰ ਹੈ ਜਾਂ ਮੇਰੇ ਵੱਡੇ ਭਰਾ ਨੂੰ ਹੈ ਸੋ ਇਸ ਘੋਲ ਦੇ ਵਿੱਚ ਨਿਰੰਤਰ ਜੁੜੇ ਹੋਣ ਕਰਕੇ ਅਤੇ 100 ਦਿਨ ਤੋਂ ਵੱਧ ਦਿੱਲੀ ਹੋ ਗਏ ਨੇ ਅਤੇ ਪਤਾ ਨਹੀਂ ਨੇਕਾਂ ਵਾਰੀ ਮੈਂ ਉੱਥੇ ਸਾਰੇ ਬਾਰਡਰਾਂ ਦੇ ਉੱਤੇ ਕਦੇ ਸਿੰਘੂ 'ਤੇ ਕਦੇ ਟੀਕਰੀ 'ਤੇ ਕਦੇ ਗਾਜ਼ੀਪੁਰ ਸਾਰੀਆਂ ਥਾਵਾਂ 'ਤੇ ਜਾਂਦਾ ਅਤੇ ਲੋਕਾਂ ਨੂੰ ਜਾਗਰਤ ਕਰਦਾ ਪੰਜਾਬ ਦੇ ਵੱਖ ਵੱਖ ਖਿੱਤਿਆਂ 'ਚ ਜਾਂਦਾ ਹਰਿਆਣੇ 'ਚ ਜਾਂਦਾ ਹਰਿਆਣੇ ਦੇ ਖਾਪ ਪੰਚਾਇਤਾਂ 'ਚ ਵੀ ਗਿਆ ਸੋ ਇਹ ਹੈਗਾ ਕਿ ਸਾਡਾ ਕੰਮ ਹੈ ਕਿ ਲੋਕਾਂ ਨੂੰ ਇਸ ਘੋਲ ਦੇ ਬਾਰੇ ਦੱਸਣਾ ਅਤੇ ਲੋਕਾਂ ਨੂੰ ਨਾਲ ਜੋੜਨਾ ਕਿਉਂਕਿ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ ਸਾਰੇ ਉੱਥੇ ਬੈਠੇ ਨੇ ਪਿੱਛੇ ਤੁਸੀਂ ਸਾਰੇ ਜਿੰਨੇ ਵੀ ਸਾਡੇ ਇਸ ਗ੍ਰਹਾਂ ਏਕਤਾ ਗਰੁੱਪ ਦੇ ਬੰਦੇ ਨੇ ਉਹ ਇੱਥੇ ਸੁਨਾਮ ਦੀ ਧਰਤੀ 'ਤੇ ਰਿਲਾਇੰਸ ਦੇ ਇਸ ਮਾਲ ਦੇ ਮੂਹਰੇ ਬੜੇ ਦੇਰ ਤੋਂ ਧਰਨਾ ਅਤੇ ਮੈਂ ਪਹਿਲਾਂ ਵੀ ਇੱਥੇ ਸੰਬੋਧਨ ਹੋ ਕੇ ਗਿਆ ਅਤੇ ਅੱਜ ਵੀ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਮੈਂ ਉੱਥੇ KPM 'ਤੇ ਨਹੀਂ ਜਾ ਸਕਿਆ ਕੁਝ ਮੇਰੀ ਮਜਬੂਰੀ ਸੀ ਅਤੇ ਪਰ ਮੈਂ ਆਪਦਾ ਰੋਹ ਦਰਜ ਕਰਨ ਦੇ ਲਈ ਅੱਜ ਮੈਂ ਅਤੇ ਮੇਰੇ ਸਾਥੀ ਜਸਵਿੰਦਰ ਸੁਨਾਮੀ ਅਸੀਂ ਵਿਸ਼ੇਸ਼ ਤੌਰ 'ਤੇ ਆਪਦੇ ਧਰਤੀ 'ਤੇ ਪਹੁੰਚੇ ਹਾਂ ਅਤੇ ਇਸ ਕਹਿੰਦੇ ਨੇ ਤਿੰਨੋਂ ਕਾਲੇ ਕਾਨੂੰਨਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਾਂ ਅਤੇ ਨਾਲ ਨਾਲ ਇਹ ਵੀ ਹੈ ਵੀ ਇਕੱਲੇ ਤਿੰਨੋਂ ਕਾਲੇ ਕਾਨੂੰਨ ਨਹੀਂ ਅਸੀਂ ਤਾਂ ਜਿਹੜਾ MSP ਹੈ ਉਹਨੂੰ ਵੀ ਚਾਹੁੰਦੇ ਹਾਂ ਕਿ ਉਹ ਵੀ ਕਾਨੂੰਨ ਬਣੇ ਤਾਂ ਕਿ ਜਿਹੜੀ ਸਾਡੀ ਕਿਸਾਨੀ ਹੈ ਉਹਨੂੰ ਰਾਹਤ ਮਿਲੇ ਸਾਡੇ ਮਜ਼ਦੂਰ ਨੂੰ ਵੀ ਅਸੀਂ ਨਾਲ ਲੈ ਕੇ ਤੋਰੀਏ ਸਾਡੇ ਪਿੰਡ ਦੇ ਉਹਨਾਂ ਲੋਕਾਂ ਨੂੰ ਵੀ ਨਾਲ ਲੈ ਕੇ ਤੋਰੀਏ ਜਿਹੜੇ ਕਿਰਤ ਦੇ ਨਾਲ ਜੁੜੇ ਹੋਏ ਨੇ ਅਤੇ ਜਿਹੜੇ ਬੰਦੇ ਵੀ ਕਿਸਾਨੀ ਨਾਲ ਜੁੜੇ ਨੇ ਚਾਹੇ ਉਹ ਕਿਸੇ ਵੀ ਸ਼ੋਭੇ ਦੇ ਨੇ ਕਿਸੇ ਵੀ ਗੱਲ ਨਾਲ ਨੇ ਚਾਹੇ ਉਹ ਮਸ਼ੀਨਰੀ ਬਣਾਉਂਦੇ ਨੇ ਸੋ ਉਹ ਵੀ ਸਾਡੇ ਇਸ ਘੋਲ ਦੇ ਕਹਿੰਦੇ ਨੇ ਹਿੱਸਾ ਨੇ ਅਤੇ ਅੱਜ ਇਹ ਘੋਲ ਜਿਹੜਾ ਹੈਗਾ ਪੂਰੀਆਂ ਉਸੇ ਤਰ੍ਹਾਂ ਹੀ ਸ਼ਾਨ ਸ਼ੌਕਤ ਨਾਲ ਚੱਲ ਰਿਹਾ ਅਤੇ ਸਾਡੇ ਲੀਡਰ ਸਾਹਿਬਾਨ ਜਿਹੜੇ ਹੈਗੇ ਨੇ ਉਹ ਜਿਵੇਂ ਜਿਵੇਂ ਕਹਿੰਦੇ ਨੇ ਘੋਲ ਦੇ ਲਈ ਲੋਕਾਂ ਨੂੰ ਸੱਦੇ ਦਿੰਦੇ ਨੇ ਜਾਂ ਜਿਸ ਤਰ੍ਹਾਂ ਦੇ ਪ੍ਰੋਗਰਾਮ ਦਿੰਦੇ ਨੇ ਅਤੇ ਅਸੀਂ ਉਹਦੇ ਫੁੱਲ ਚੜਾਉਂਦੇ ਇਹ ਸਨ ਪੰਮੀ ਬਾਈ ਜੀ ਜੋ ਪੰਜਾਬ ਦੇ ਮਸ਼ਹੂਰ ਕਲਾਕਾਰ ਹਨ ਅਤੇ ਇਹਨਾਂ ਨੇ ਅੱਜ ਧਰਨੇ ਵਿੱਚ ਆ ਕੇ ਧਰਨੇ ਵਿੱਚ ਦੱਸਿਆ ਵੀ ਜੋ ਵੀ ਦਿੱਲੀ 'ਚ ਵੀ ਇਹ ਜਾਣਗੇ ਹੁਣ ਉੱਥੇ ਵੀ ਧਰਨੇ ਲੱਗੇ ਹੋਏ ਨੇ ਉੱਥੇ ਮੈਂ 8 ਤਰੀਕ ਨੂੰ ਪ੍ਰੋਗਰਾਮ ਹੈ ਉੱਥੇ ਵੀ ਸ਼ਿਰਕਤ ਕਰਨਗੇ ਇਹ ਯਾਦਵਿੰਦਰ ਸਿੰਘ ਲਾਲੀ ਪੰਜਾਬ ਨਾਲ ਲਈ ਸੁਨਾਮ।